A South Asian Canadian channel. ਪੰਜਾਬ ਸਰਕਾਰ ਵੱਲੋਂ ਛੋਟੇ ਕਿਸਾਨ ਵੀਰਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੰਡਣ ਲਈ ਅੱਜ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਦਸ਼ਮੇਸ਼ ਮਾਰਸ਼ਲ ਅਕੈਡਮੀ ਵਿਖੇ ਪਹੁੰਚ ਕੇ 2413 ਕਿਸਾਨਾਂ ਨੂੰ ਕਰਜ਼ ਮਾਫ਼ੀ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਕੈਪਟਨ ਨੇ ਕੇਂਦਰ ਸਰਕਾਰ ਤੇ ਕਿਸਾਨਾਂ ਦੀ ਅਣਦੇਖੀ ਕਰਨ ਦਾ ਵੀ ਇਲਜ਼ਾਮ ਲਗਾਇਆ। ਨਾਲ ਹੀ ਕਿਹਾ ਕਿ ਕਿਸਾਨਾਂ ਤੋਂ ਬਾਅਦ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਲਈ ਯੋਜਨਾ ਉਲੀਕੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਹਿਕਾਰੀ ਸਭਾਵਾਂ ਮਗਰੋਂ ਕਿਸਾਨਾਂ ਵੱਲੋਂ ਪ੍ਰਾਈਵੇਟ ਬੈਂਕਾਂ ਤੋਂ ਲਏ ਕਰਜ਼ੇ ਵੀ ਮਾਫ਼ ਕੀਤੇ ਜਾਣਗੇ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਖਾ ਸਕਦੇ ਤਾਂ ਰੋਟੀ ਕਰਨਗੇ ਕਿਸਾਨ, ਔਰ ਇਹੀ ਲੋੜ ਹੈ ਕਿ ਕੋਈ ਸੈਂਟਰ ਦੀ ਸਰਕਾਰ ਸੋਚੇ ਕਿ ਇਹਨਾਂ ਦਾ ਅਸੀਂ ਦੂਰ ਦੇਸ਼ੀ ਨਾਲ ਇਹਨਾਂ ਦਾ ਕੀ ਅਸੀਂ ਰਾਹਤ ਕਰ ਸਕਦੇ। ਔਰ ਉਹ ਸੀ ਸਵਾਮੀਨਾਥਨ ਕਮੇਟੀ ਦੇ ਤੌਰ ਤੇ ਮੇਰੀ ਤੁਸੀਂ ਸਾਹਮਣਾ ਇਸ ਗੱਲ ਨੂੰ ਤੇ ਤੁਹਾਡੀ ਮਰਜ਼ੀ ਹੈ। ਜੇ ਕਿਸਾਨ ਵੱਧਣਗੇ ਅੰਗਰੇਜ਼ ਚਾਹੁੰਦੇ ਨੇ ਤਾਂ ਸੈਂਟਰ ਵਾਲੇ ਕਰ ਲੈਣਗੇ ਸਭ, ਲੇਕਿਨ ਨੁਕਸਾਨ ਸਾਡਾ ਕਿਸਾਨੀ ਦਾ ਹੁੰਦਾ। ਤੁਸੀਂ ਕਿਸਾਨੋ ਮੈਂ ਵੀ ਕਿਸਾਨ, ਜ਼ਿਆਦਾ ਹਿੰਦੁਸਤਾਨ ਪਿੰਡਾਂ ਵਿੱਚ ਕਿਸਾਨੀ ਦੇ ਜੋ ਪ੍ਰੋਬਲਮ ਇਹਦੇ ਵੀ ਸ਼ਹਿਰਾਂ ਵਿੱਚ ਰਹਿਣਾ ਬੰਬਈ ਮਦਰਾਸ ਕਲਕੱਤਾ ਲਗਭਗ 9.5 ਲੱਖ ਕਰੋੜ ਰੁਪਇਆ ਲੱਗੂ, ਲੇਕਿਨ ਇਹਨਾਂ ਨੂੰ ਸਾਨੂੰ ਦੇਣਾ ਪਊਗਾ। ਅਸੀਂ ਜਿੱਥੋਂ ਪੈਸੇ ਲਿਆਈਏ ਉਹ ਲਿਆਉਣ ਸਾਨੂੰ ਪੈਣਗੇ। ਔਰ ਉਹ ਅੱਜ ਤੀਸਰਾ ਪੜਾਅ ਹੈ ਜਿਹੜਾ ਅਸੀਂ ਅੱਜ ਕਰ ਰਹੇ ਹਾਂ। ਇਹ ਕੋਆਪਰੇਟਿਵ ਬੈਂਕ ਦੇ ਦੋਨਾਂ ਨੇ ਅਗਲੇ ਚੌਥੇ ਦੇ ਵਿੱਚ 23-25 ਕਿਲੇ ਤੱਕ ਅਸੀਂ ਜਿਹੜੇ ਕਮਰਸ਼ੀਅਲ ਬੈਂਕ ਨੇ ਉਹਨਾਂ ਨੂੰ ਲਵਾਂਗੇ। ਔਰ ਇਸ ਤੋਂ ਇਲਾਵਾ ਜਿਹੜੇ ਲੋਕ ਜਿਹਨਾਂ ਕੋਲ ਕੋਈ ਜ਼ਮੀਨ ਨਹੀਂ ਲੇਕਿਨ ਖੇਤੀਬਾੜੀ ਪਿੰਡਾਂ 'ਚ ਰਹਿੰਦੇ ਨੇ ਔਰ ਕਿਸਾਨਾਂ ਦੇ ਉੱਪਰ ਨਿਰਭਰ ਨੇ, ਉਹਨਾਂ ਦੇ ਖੇਤਾਂ ਦੇ ਵਿੱਚ ਕੰਮ ਕਰਦੇ, ਉਹਨਾਂ ਵਾਸਤੇ ਵੀ ਅਸੀਂ ਕੋਈ ਸਕੀਮ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਕਾਰਨ ਦਿੱਤਾ ਜਾਵੇ। ਉੱਥੇ ਜਾ ਕੇ ਦੇਖੋ ਜਿਸ ਤਰੀਕੇ ਨਾਲ ਉੱਥੇ ਬੜਾ ਉੱਥੇ ਨਾ ਹਾਲਾਤ ਹੀ ਇੰਨੇ ਮਾੜੇ ਨੇ, ਗੱਡੀਆਂ ਵੱਧ ਗਈਆਂ, ਫੈਕਟਰੀਆਂ ਆ ਗਈਆਂ ਔਰ ਕਹਿੰਦੇ ਪੰਜਾਬ ਤੋਂ ਕਮਾਉਂਦਾ। ਤੋ ਇਸ ਕਿਸਮ ਦੇ ਬਹਾਨੇ ਮਾਰਨ ਮੁੱਖੀ ਨੇ ਆਪਣੇ ਤੁਸੀਂ ਸੁਧਾਰ ਲਿਆ ਉਸ ਸੂਬੇ ਦੇ ਵਿੱਚ। ਹਰਿਆਣੇ ਦੇ ਲੋਕ ਤੁਸੀਂ ਦੋਸ਼ਾਂ ਦਾ ਹੋਇਆ, ਪੰਜਾਬ ਦੇ ਦੋਸ਼ਾਂ ਦਾ ਹੋਇਆ, ਕੋਈ ਪੁਰਾ ਨਹੀਂ ਕਰਦਾ। ਜੇ ਕਹਿੰਦੇ ਵੀ ਪਾਕਿਸਤਾਨ ਤੋਂ ਆਇਆ, ਅਫਗਾਨਿਸਤਾਨ ਤੋਂ ਆਇਆ, ਥੋੜੇ ਉੱਥੇ ਹੋਏ ਪਰ ਇਹ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਹਨ। ਤੋ ਆਪਾਂ ਜਿੰਨਾ ਆਪਣੇ ਵੱਲੋਂ ਅਸੀਂ ਗੱਲ ਕਰ ਸਕਦੇ ਹਾਂ, ਜਿਹੜਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਜਿਹੜੀ ਉੱਪਰਲੀ ਹਵਾ ਹੈ ਹਰ ਵੇਲੇ ਇੱਧਰੋਂ ਜਾਂਦੀ ਹੈ ਦਿੱਲੀ ਵੱਲ, ਇਹ 30,000 ਫੁੱਟ 'ਤੇ ਜਾਂ ਜਹਾਜ਼ ਜਾਂਦੇ ਨੇ ਵਗੈਰਾ, ਸਾਰੀ ਹਵਾ ਉੱਧਰ ਵੈਂਟ ਕਰਦੀ ਹੈ। ਔਰ ਉਹ ਤਾਂ ਹੀ ਇਹਨਾਂ ਨੇ ਮਾਣਾ ਮਾਰ ਲਿਆ ਕਿ ਪੰਜਾਬ ਦੀ ਰੇਤਾ ਕੀ ਹੈ, ਉੱਧਰ ਧੂਆ ਚੜ੍ਹਦਾ, ਇੱਧਰ ਨਿਸ਼ਾਨੇ ਮਾਰਾ ਉੱਧਰ ਇੱਕ ਦੇਰ ਨਹੀਂ। ਜਦੋਂ ਕਿ ਅਸੀਂ ਵੀ ਧੁੰਦ ਆਈ ਸੀ, ਜਿਹੜੇ ਪਹਿਲਾਂ ਆਈ ਸੀ ਨਾ ਆਪਣਾ ਧੂੰਆਂ ਚੜ੍ਹ ਗਿਆ ਸੀ ਔਰ ਧੂੰਆਂ ਦੇ ਵਿੱਚ ਧਰਤੀ ਵੀ ਡਿੱਗੀ ਸੀ, ਕਿਤੇ ਇੱਕ ਦਿਨ ਵੀ ਹੋਇਆ ਪੰਜਾਬ 'ਚ ਇਹ ਵੀ ਗੱਲ ਕਰੇ। ਸੋ ਇਹ ਹੋ ਗਈ ਹੈ ਕਿਸਾਨਾਂ ਦੀ ਮਤਲਬ ਤੁਸੀਂ ਇਹਦੇ ਬਾਵਜੂਦ A South Asian Canadian channel.